ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹ ਸਿੱਧੂ ਡੇਅਰੀ ਫਾਰਮ ਪਿੰਡ ਭੁੱਚੋ ਖੁਰਦ ਬਠਿੰਡਾ ਜ਼ਿਲ੍ਹਾ ਅਤੇ ਬਠਿੰਡੇ ਸ਼ਹਿਰ ਤੋਂ ਜਦੋਂ ਬਰਨਾਲਾ ਸੰਗਰੂਰ ਵਾਲੀ ਸੜਕ 'ਤੇ ਜਾਂਦੇ ਹਾਂ ਉਸ ਸੜਕ 'ਤੇ ਭੁੱਚੋ ਖੁਰਦ ਪਿੰਡ ਆਉਂਦਾ। ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਅਤੇ ਰਜਿਸਟਰਡ ਹੈ ਬਕਾਇਦਾ, ਮਤਲਬ ਇੱਥੋਂ ਜੇ ਤੁਸੀਂ ਮੱਛੀ ਖਰੀਦਦੇ ਹੋ ਤਾਂ ਆਲ ਇੰਡੀਆ ਕਿਤੇ ਵੀ ਲਿਜਾ ਸਕਦੇ ਹੋ, ਵੇਚ ਸਕਦੇ ਹੋ। ਅੱਜ ਦੀ ਜਿਹੜੀ ਵੀਡੀਓ ਆ ਉਹਦੇ 'ਚ ਤੁਹਾਨੂੰ 11 ਨਗ ਦਿਖਾਉਣੇ ਆ, ਜਿਹਦੇ 'ਚ ਇੱਕ ਜਰਸੀ ਬਹੁਤ ਸੋਹਣੀ ਜਿਹੜੀ ਤਿਆਰੀ ਫੜਦੀ ਆਉਂਦੀ ਹੈ ਦੋਸਤੋ। ਟਾਈਮ ਇਹਦਾ ਕੁਆਜ਼ੀ ਬਾਕੀ ਹੋਊਗਾ, ਬਾਕੀ ਕਿੰਨਾ ਟਾਈਮ ਲੈਂਦੀ ਹੈ ਇਹ ਬਾਈ ਆਪਾਂ ਨੂੰ ਦੱਸੂ। ਇਹਦੂ ਬਾਅਦ 'ਚ ਲਾਲ ਚਿੱਟੇ ਡੱਬ ਆ ਦੱਸੋ, ਇਹਦੀ ਨਸਲ ਜਿਹੜੀ ਮਰਜ਼ੀ ਤੁਸੀਂ ਆਪ ਸਮਝਣੀ ਹੈ। ਇਹ ਤੋਂ ਬਿਨਾਂ 3 ਨਾਗ ਇੱਥੇ ਤੁਸੀਂ ਹੁਣ ਜਰਸੀ ਦੇ ਦੇਖ ਰਹੇ ਹੋ, ਅਤੇ ਇਹਨਾਂ ਤੋਂ ਬਿਨਾਂ ਜਿਵੇਂ ਇੱਥੇ ਛੋਟੀਆਂ ਮੱਛੀਆਂ ਜ਼ਿਆਦਾ ਆਪਾਂ ਦੇਖਦੇ ਹਾਂ ਦੱਸੋ, ਤਾਂ ਉਸੇ ਤਰ੍ਹਾਂ ਬੱਚੇ ਖੁਸ਼ ਛੋਟੀ ਉਮਰ ਦੇ ਜਿਹਨਾਂ ਨੂੰ ਖਰੀਦਣਾ ਵੀ ਤੁਹਾਨੂੰ ਆਸਾਨ ਹੁੰਦਾ। ਅਤੇ ਦੂਜਾ ਇਹ ਵੀ ਗੱਲ ਕਲੀਅਰ ਆ ਵੀ ਜਰਸੀ ਹੈ ਚਾਹੇ HF ਹੈ, ਇਹਨੂੰ 18 ਮਹੀਨਿਆਂ ਦੀ ਨੂੰ ਤੁਸੀਂ ਸਵਾ ਸਕਦੇ ਹੋ, 20 ਮਹੀਨਿਆਂ ਦੀ ਆਮ ਤੌਰ 'ਤੇ ਬੱਚੇ ਨੂੰ ਜਨਮ ਦੇ ਦਿੰਦੀ ਹੈ। ਸੋ ਭਾਵੇਂ ਛੋਟੀਆਂ ਮੱਛੀਆਂ ਖਰੀਦੋ, ਬਸ ਬਚਿਓ ਉਹਨਾਂ ਮੱਛੀਆਂ ਤੋਂ ਜਿਹੜੀਆਂ 6 ਦੰਦ ਹੈ, ਦੰਦ ਤੁਸੀਂ ਦੇਖੇ ਨਹੀਂ ਹੁੰਦੇ, ਹੁੰਦੀਆਂ 6 ਦੰਦ ਹੈ ਜਾਂ 4 ਦੰਦ ਹੈ, ਉਹਨਾਂ ਦੇ ਵਿੱਚ ਸੰਭਾਵਨਾ ਰਿਪੀਟਰ ਦੀ ਹੁੰਦੀ ਹੈ। ਸੋ ਉਸ ਚੀਜ਼ ਤੋਂ ਜ਼ਰੂਰ ਧਿਆਨ ਰੱਖ ਲਿਆ ਕਰੋ। ਛੋਟਾ ਬੱਚਾ ਖਰੀਦੋਗੇ ਤੁਹਾਡਾ ਕੋਈ ਬਹੁਤਾ ਨੁਕਸਾਨ ਨਹੀਂ, ਉਨੀ ਕੀਮਤ ਤੁਹਾਨੂੰ ਘੱਟ ਦਾ ਮਿਲ ਜਾਣਾ ਹੁੰਦਾ। ਆਓ ਬਾਈ ਤੋਂ ਜਾਣਕਾਰੀ ਲਈਏ, ਪਹਿਲਾਂ ਜਿਹੜੇ ਛੋਟੇ ਬੱਚੇ ਦਿਖਾਉਣੇ ਹੈ। ਨਰਮਲ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਰਮਲ ਬਾਈ ਅੱਜ ਆਪਾਂ 11 ਨਾਗ ਦਿਖਾਉਣੇ ਆ ਬੱਚਿਆਂ ਦੇ, ਹਨਾ? ਹਾਂਜੀ। ਇਹ ਜਿਹੜਾ ਆਪਾਂ ਏਜ ਗਰੁੱਪ ਕੀ ਹੋਊਗਾ ਅੰਦਾਜ਼ਾ, ਜਿਹੜੀਆਂ ਖੁਰਲੀ ਤੇ ਵੱਧੀਆਂ? ਅੰਦਾਜ਼ਾ 4-5 ਲੈ ਕੇ 6-7 ਮਹੀਨੇ ਤੱਕ ਦੇ। 7 ਮਹੀਨੇ ਤੱਕ? ਠੀਕ ਹੈ, 4 ਕੁ ਮਹੀਨਿਆਂ ਤੋਂ 7 ਮਹੀਨਿਆਂ ਤੱਕ ਹੈ। 4 ਐਚ ਐਫ ਭਾਈ। ਠੀਕ ਹੈ, 2 ਜਰਸੀ ਹੈ ਜੀ। ਕੀਮਤ ਇਹਨਾਂ ਦੀ ਕੀ ਰਹਿਣੀ ਹੈ? ਫੋਨ ਤੇ ਕਰਦੇ ਹਾਂ ਕੀ ਹੋ ਗਈ। ਠੀਕ ਹੈ, ਖੋਲੀ ਬਾਈ ਨੂੰ। ਹਾਂਜੀ। ਸੋ ਦੱਸੋ ਰੇਟ ਫੋਨ ਤੇ ਹੈ, 4 ਮਹੀਨਿਆਂ ਤੋਂ ਲੈ ਕੇ 7 ਕੁ ਮਹੀਨਿਆਂ ਤੱਕ ਦੀ ਉਮਰ ਦੇ ਬੱਚੇ ਦੋਨੋਂ ਖੀਰੇ ਆ। ਬਹੁਤ ਸੋਹਣੀ ਅੱਛੀ ਦੱਸੋ ਜਰਸੀ ਨਸਲ ਦੀ। ਇੱਕ ਗੱਲ ਹੋਰ ਜਿਹੜੀ ਧਿਆਨ ਚ ਆਉਂਦੀ ਹੈ ਵੀ ਜਦੋਂ ਤੁਸੀਂ ਆਨਲਾਈਨ ਸੌਦਾ ਕਰਦੇ ਹੋ ਤਾਂ ਪਸ਼ੂ ਦੁਪਹਿਰੇ ਮੰਗਾ ਲਿਆ ਕਰੋ। ਕਈ ਵਾਰ ਹਨੇਰੇ ਚ ਮੰਗਾਉਣੇ ਆ ਤਾਂ ਤੁਹਾਡੇ ਨਾਲ ਠੱਗੀ ਵੱਜਦੀ ਹੈ, ਰਾਤ ਨੂੰ ਅਗਲਾ ਲਾ ਕੇ ਮੁੜ ਜਾਂਦਾ, ਤੁਸੀਂ ਦੰਦ ਸੁਬਾਹ ਦੇਖਦੇ ਹੋ। ਸੋ ਜਦੋਂ ਪਸ਼ੂ ਉੱਤਰਦਾ ਦੰਦ ਉਦੋਂ ਹੀ ਦੇਖ ਲਿਆ ਕਰੋ ਘਰਾਂ ਦੇ ਵਿੱਚ ਬੈਠੇ। ਇਹ ਤੁਹਾਡੇ ਫਾਇਦੇ ਲਈ ਗੱਲਾਂ ਕਰਦੇ ਹਾਂ ਦੱਸੋ, ਕਿਤੇ ਇਹ ਰਹਿੰਦਾ ਵੀ ਕੋਈ ਭਰਾ ਪਸ਼ੂ ਖਰੀਦਦਾ ਤੇ ਉਹਦੀਆਂ ਆਸਾਂ ਦੇ ਉੱਤੇ ਕੋਈ ਜਿਹੜਾ ਕਹਿ ਲਓ ਵੀ ਝਟਕਾ ਨਾ ਲੱਗੇ ਉਹਨੂੰ। ਸੋ 2 ਨੰਬਰ ਤੇ ਜਿਹੜੀ ਵੱਛੀ ਹੈ ਦੱਸੋ, ਖੋਲ ਕੇ ਤੁਹਾਨੂੰ ਦਿਖਾਉਣੇ ਆ, ਇਹ ਵੀ ਜਰਸੀ ਨਸਲ ਦੀ ਹੈ। ਰੇਟ ਇਹਨਾਂ ਦੇ ਫੋਨ ਤੇ ਆ, ਰੇਟ ਕੁਛ ਪੜਦੇ ਰੱਖਣੇ ਪੈਂਦੇ ਆ ਕਿਉਂਕਿ ਸੌਦੇ ਜਦੋਂ ਹੁੰਦੇ ਆ ਦੱਸੋ, ਜਿਹੜਾ ਵਪਾਰ ਕਰਦਾ ਉਹਦੇ ਕੋਲ ਸੰਨ 'ਚ ਸੌਦੇ ਕਰਾਉਣ ਵਾਲੇ ਵੀਰ ਵੀ ਆਉਂਦੇ ਆ, ਤੇ ਉਹ ਉਹਨਾਂ ਦਾ ਪੜਦਾ ਵੀ ਹੁੰਦਾ ਕਿਉਂਕਿ ਹਰੇਕ ਵੀਰ ਚਾਹੁੰਦਾ ਵੀ ਮੈਂ ਮਿਹਨਤ ਆਪਦੀ ਦਾ ਮੁੱਲ ਲਓ ਜੀ। ਤੇ ਉਹ ਵੱਛੀ ਦੇਖੋ ਦੱਸੋ, ਬਹੁਤ ਸੋਹਣੀ ਬਣਤਰ ਹੈ, ਮਜ਼ਬੂਤ ਲੱਤਾਂ ਦੀ ਹੈ, ਜਰਸੀ ਬਰੀਡ ਹੈ, ਛੋਟਾ ਗੋਲ ਕੰਨ ਤੁਸੀਂ ਇੱਥੋਂ ਦੇਖ ਸਕਦੇ ਹੋ, ਹਜੇ ਬੱਚਾ ਹੀ ਹੈ ਛੋਟੀ ਉਮਰ ਦਾ, ਗਰੋਥ ਇਹਨੇ ਤੁਹਾਡੇ ਕੋਲ ਹੀ ਕਰਨੀ ਹੈ। ਲੈ ਚੱਲ ਬਾਈ ਮੈਨੂੰ। ਸੋ ਇਹ ਜਿਹੜੇ ਬੱਚੇ ਜਿਨ੍ਹਾਂ ਦੇ ਅਸੀਂ ਦੰਦ ਵੀਡੀਓ 'ਚ ਨਹੀਂ ਦਿਖਾ ਰਹੇ, ਇਹਨਾਂ ਦੀ ਗਰੰਟੀ ਤੁਹਾਡੇ ਘਰਾਂ ਤੱਕ ਜਾਂਦਿਆਂ ਦੀ ਵੀ ਹੈ, ਇੱਥੇ ਆ ਕੇ ਵੀ ਦੇਖੋਗੇ, ਇਹਨਾਂ 'ਚੋਂ ਕੋਈ ਵੀ ਬੱਚਾ ਤੁਹਾਨੂੰ ਦੰਦਾਂ ਦੇ ਵਿੱਚ ਨਹੀਂ ਉੱਚਾ ਲੱਗੂਗਾ ਕਿਉਂਕਿ ਇਹ ਬੱਚੇ ਛੋਟੀ ਉਮਰ ਦੇ ਹੈ। ਜਿਹੜੀਆਂ ਇਦੋਂ ਅੱਗੇ ਵੱਛੀਆਂ ਆਉਣੀਆਂ ਸਾਰੀਆਂ ਦੇ ਦੰਦ ਤੁਹਾਨੂੰ ਦਿਖਾਏ ਜਾਣਗੇ ਵੀਡੀਓ ਦੇ ਵਿੱਚ ਹੀ। HF ਨਸਲ 'ਚ ਪੈਂਦੀਆਂ ਦੱਸੋ, ਛੋਟੀ ਉਮਰ ਦਾ ਬੱਚਾ, ਫੀਡ ਦੇ ਨਾਲ ਇਹਨੇ ਗਰੋਥ ਕਰਨੀ ਹੈ ਅਤੇ ਲਗ ਰੰਗ ਵਧੂਗੀ ਜਦੋਂ ਦਸੰਬਰ ਮਹੀਨਾ ਆਉਣਾ ਉਦੋਂ AI ਕਰਾਇਓ, ਉਹਨਾਂ ਟਾਈਮ ਇਹਨੂੰ ਵਧਣ ਫੁੱਲਣ ਦੇ ਦੀ। ਮਜ਼ਬੂਤ ਆ ਲੱਤਾਂ ਵੱਲੋਂ, ਥਣ ਜਿਹੜੇ ਉਹ 4 ਹੀ ਦੱਸਦੇ, ਬਾਕੀ ਇੱਥੋਂ ਬਾਈ ਨਿਰਮਲ ਕੋਲੋਂ ਤੁਸੀਂ ਜਿਹੜੀ ਵੱਛੀ ਖਰੀਦਦੇ ਹੋ ਤਾਂ ਬਾਈ ਵੱਲੋਂ ਇਹ ਪਹਿਲੀਆਂ ਵੀਡੀਓ 'ਚ ਵੀ ਜ਼ਿਕਰ ਹੁੰਦਾ ਵੀ ਤੁਸੀਂ ਦੰਦਾਂ ਦੀ ਅਤੇ ਥਣਾਂ ਦੀ ਫੋਟੋ ਮੰਗਾ ਸਕਦੇ ਹੋ ਨੰਬਰ ਦੱਸ ਕੇ।
ਜਿਹੜੀ ਵੱਛੀ ਦਾ ਸੌਦਾ ਤੁਹਾਡਾ ਹੋ ਜਾਂਦਾ ਉਹਦੇ ਦੰਦਾਂ ਦੀ ਤੇ ਥਣਾਂ ਦੀ ਫੋਟੋ ਐਕਸਟਰਾ ਵੀ ਬਾਈ ਤੁਹਾਨੂੰ ਭੇਜ ਦੂਗਾ ਕਿਉਂਕਿ ਇੱਥੇ ਖੀਰੀਆਂ ਵੱਛੀਆਂ ਵੇਚੀਆਂ ਜਾਂਦੀਆਂ ਜ਼ਿਆਦਾਤਰ। ਸੋ ਇਹ ਵੀ ਵੱਛੀ ਤੁਸੀਂ ਦੇਖ ਸਕਦੇ ਹੋ ਦੋਸਤੋ ਢਾਂਚਾ ਲੈ ਚੱਲ ਬਾਈ ਮੈਂ ਬਾਈ ਦੋ ਵੱਛੀਆਂ ਅੱਗੇ ਖੋਲੂ ਤੇ ਜਰਸੀ ਵੱਛੀ ਦੇ ਥਣ ਤੁਹਾਨੂੰ ਦਿਖਾ ਰਿਹਾ ਦੋਸਤੋ ਚਾਰ ਹੀ ਥਣ ਬਹੁਤ ਸੋਹਣੇ ਤੁਸੀਂ ਦੇਖ ਸਕਦੇ ਹੋ ਹੁਣ ਇਹ ਖੜੀ ਸੀ ਉਸ ਹਿਸਾਬ ਤੇ ਤੇ ਸੋਚਿਆ ਤੁਹਾਨੂੰ ਇਹਦੇ ਥਣ ਦਿਖਾ ਦਈਏ। ਇਦੋਂ ਅੱਗੇ ਇੱਕ ਹੋਰ ਵੱਛੀ ਬਾਈ ਨੇ ਖੋਲੀ ਹੈ ਇਹ ਵੀ ਛੋਟੀ ਉਮਰ ਦੀ ਹੈ ਦੂਜੀਆਂ ਨਾਲੋਂ ਚਾਰਾਂ ਨਾਲੋਂ ਥੋੜੀ ਵੱਡੀ ਉਮਰ 'ਚ ਹੈ ਪਰ ਹੈ ਬੱਚਾ ਹੀ ਹਜੇ। ਲੈ ਚੱਲ ਬਾਈ ਜਿਹੜੇ ਵੀਰ ਪਸ਼ੂ ਰੱਖਦੇ ਆ ਤਾਂ ਸਮਝਣਾ ਸ਼ੁਰੂ ਕਰੋ ਨੱਕ ਤੋਂ ਪਸ਼ੂ ਦੇ ਤੋਂ ਜੱਜਮੈਂਟ ਹੋ ਜਾਂਦੀ ਹੈ। ਬੱਚੇ ਦਾ ਨੱਕ ਜਾਂ ਜਵਾੜੀ ਹੈ ਜਿਹੜੀ ਉਹ ਛੋਟੀ ਹੁੰਦੀ ਹੈ ਅੱਗੋਂ ਭੀੜੀ ਹੁੰਦੀ ਹੈ ਜਦੋਂ ਦੰਦਾਂ 'ਚ ਵੱਛੀ ਆਉਣ ਲੱਗ ਪੈਂਦੀ ਹੈ ਜਾਂ ਜਿਵੇਂ ਮੱਝ ਗਾਂ ਤੁਸੀਂ ਵੱਡੀਆਂ ਦੇਖੋਗੇ ਉਹਨਾਂ ਦੇ ਫੇਸ ਦੀ ਚੜਾਈ ਜ਼ਿਆਦਾ ਹੋ ਜਾਂਦੀ ਹੈ ਉਦੋਂ ਬਾਅਦ ਦੇ ਵਿੱਚ। ਸੋ ਅੱਗੇ ਇੱਕ ਹੋਰ ਵੱਛੀ ਤੁਸੀਂ ਦੇਖ ਸਕਦੇ ਹੋ ਦੱਸੋ ਬਾਈ ਕੋਲ ਇਹ ਦੰਦ ਖਾ ਗਈ ਆ ਠੀਕ ਹੈ ਹਾਂ। ਸੋ ਦੋਸਤੋ ਦੰਦ ਤੁਹਾਨੂੰ ਦਿਖਾ ਦਿੰਦੇ ਹਾਂ ਇਹਦੇ ਵੀ ਦੰਦ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਾਈ ਇੱਕ। ਸੋ ਕਨਫਰਮ ਖੀਰੀ ਵੱਛੀ ਵੈਸੇ ਤਾਂ ਇਹਦੇ ਢਾਂਚੇ ਤੋਂ ਇਹਦੇ ਚਿਹਰੇ ਤੋਂ ਪਤਾ ਲੱਗਦਾ ਹੈ ਪਰ ਇਹ ਆਦਤ ਪਾਉਣੀ ਹੈ ਜਿਹੜੇ ਵੀਰ ਵੱਛੀਆਂ ਖਰੀਦਦੇ ਆ ਭਾਵੇਂ ਉਹ ਸਾਥੋਂ ਜਾਂ ਕਿਤੋਂ ਵੀ ਤੁਸੀਂ ਵੱਛੀ ਲੈਣੀ ਚਾਹੁੰਦੇ ਹੋ ਇਹ ਤੁਹਾਡਾ ਜ਼ਰੂਰ ਫਾਇਦਾ ਕਰਨਾ ਵੀ ਤੁਸੀਂ ਦੰਦ ਵੇਖ ਕੇ ਵੱਛੀ ਖਰੀਦਣੀ ਸ਼ੁਰੂ ਕਰੋ ਤਾਂ ਕਿ ਤੁਹਾਡਾ ਜਿਹੜਾ ਉਹ ਫਾਈਨੈਂਸ਼ੀਅਲੀ ਨੁਕਸਾਨ ਨਾ ਹੋਵੇ। ਸੋ ਅੱਗੇ ਇੱਕ ਹੋਰ ਜਰਸੀ ਉੱਤੇ ਆ ਕੇ ਬਈ ਭਾਅ ਦਾ ਫਰਕ ਪੈ ਜਾਂਦਾ ਜੇ ਦੁੰਨੀ ਚੌਕੀ ਚੌਗੀ ਸ਼ਿੱਗੀ ਪਹਿਲਾਂ ਵੱਛੀ ਵੇਚੂਗਾ ਉਹ ਭਾਅ ਨਰਮ ਹੋਊਗਾ ਜੀ ਸਹੀ ਹੈ ਜਿਹੜੀ ਵੇਖਦੀ ਨਹੀਂ ਉਹਨੇ ਚੌਕੀ ਸ਼ਿੱਗੀ ਨਹੀਂ ਵੇਖਣਾ ਇੱਥੇ ਕਈ ਵਾਰੀ ਬਾਈ ਕਹਿੰਦੇ ਭਾਅ ਜ਼ਿਆਦਾ ਕਰਦੇ ਆ ਬਈ ਉਹ ਚੌਗੀਆਂ ਸ਼ਿੱਗੀਆਂ ਦੇ ਭਾਅ ਲਾਉਂਦਾ 25-25 22-22 ਹਜ਼ਾਰ ਰੁਪਈਆ ਸਹੀ ਤੇ ਖੀਰੀ ਵੱਛੀ ਚੰਗੀ ਬਰੀਡ ਦੀ ਕੌਣ ਦੇ ਦੂਗਾ ਬਾਈ ਸਹੀ ਹੈ। ਸੋ ਦੱਸੋ ਗੱਲ ਨੂੰ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਜਦੋਂ ਚਾਰ ਦੰਦ ਵੱਛੀ ਹੋ ਗਈ ਤੇ ਇਹਦਾ ਮਤਲਬ ਉਹਦੇ ਗੱਭਣ ਰਹਿਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਦਿੱਕਤ ਆਈ ਹੈ ਤਾਂ ਹੀ ਉਹ ਚੌਗੀ ਜਾਂ ਸ਼ਿੱਗੀ ਹੋਈ ਤੇ ਉਹ ਵੱਛੀ ਤੁਹਾਨੂੰ ਭਾਅ ਨਾਲ ਵੀ ਮਿਲ ਜਾਣੀ ਹੈ। ਜੇ ਖੀਰੀ ਵੱਛੀ ਹੈ ਬਰੀਡ ਵਾਈਜ਼ ਚੰਗੀ ਹੈ ਤਾਂ ਉਹਦੀ ਕੀਮਤ ਤੁਹਾਨੂੰ ਭਰਨੀ ਪੈਣੀ ਹੈ। ਵੱਛੀ ਦਾ ਫੇਸ ਦੇਖ ਲਓ ਢਾਂਚਾ ਦੇਖ ਲਓ ਜਰਸੀ ਬਰੀਡ ਹੈ ਦੰਦ ਵੀਡੀਓ 'ਚ ਦੇਖਾਂਗੇ ਬਾਈ ਦੰਦ ਫੜੂਗਾ ਤੇ ਫਿਰ ਤੁਹਾਨੂੰ ਕੈਮਰਾ ਸਿੱਧਾ ਦੰਦਾਂ ਦੇ ਉੱਤੇ ਮਾਰ ਕੇ ਦਿਖਾ ਦਿਆਂਗੇ। ਖੀਰੀ ਵੱਛੀ ਹੈ ਦੱਸੋ ਕਨਫਰਮ ਹੈ ਬਾਕੀ ਜਿਹੜੀ ਵੱਛੀ ਜਿਵੇਂ ਹੁਣ ਇਹ ਵੱਛੀ ਮੈਂ ਦੰਦ ਉਹਦੇ ਦੇਖ ਲਏ ਹੈ ਤੁਸੀਂ ਬੇਸ਼ੱਕ ਬਿਨਾਂ ਦੇਖੇ ਮੰਗਾ ਲਿਓ ਜੇ ਦੰਦਾਂ ਦੀ ਦੋਂਦੀ ਨਹੀਂ ਹੋਊਗੀ ਕਿਉਂਕਿ ਮੈਂ ਦੰਦ ਜਿਹੜੇ ਉਹ ਕੈਮਰੇ ਦੇ ਨਾਲ ਨਾਲ ਵੈਸੇ ਵੀ ਆਪਾਂ ਦੇਖਦੇ ਹਾਂ ਤੇ ਬਾਕੀ ਵੀਡੀਓ ਦੇ ਵਿੱਚ ਕੋਸ਼ਿਸ਼ ਹੀ ਹੁੰਦੀ ਹੈ ਬਾਈ ਵੱਲੋਂ ਵੀ ਇਹ ਰਹਿੰਦਾ ਵੀ ਜੇ ਆਪਣੇ ਕੋਲ ਕੋਈ ਦੋਂਦੀ ਵੱਛੀ ਹੈ ਤਾਂ ਉਹ ਦੋਂਦੀ ਦੱਸੀ ਜਾਵੇ ਕਿਉਂਕਿ ਆ ਕੇ ਤੁਸੀਂ ਦੇਖ ਲੈਣੀ ਹੁੰਦੀ ਹੈ ਤੇ ਲੰਬਾ ਟਾਈਮ ਜੇ ਕਿਸੇ ਵੀਰ ਨੇ ਵਪਾਰ ਕਰਨਾ ਤਾਂ ਉਹਦਾ ਤਰੀਕਾ ਵੀ ਇਹ ਹੈ ਵੀ ਘੱਟੋ ਘੱਟ ਜੋ ਚੀਜ਼ਾਂ ਆਪਾਂ ਕਨਫਰਮ ਕਰ ਸਕਦੇ ਹਾਂ ਦੰਦ ਤੇ ਥਣ ਉਹ ਦੱਸੇ ਜਾਣ। ਦੁੱਧ ਦੇ ਕਿੰਨਾ ਦਿੰਦੀਆਂ ਤਿਆਰ ਹੋ ਕੇ ਇਹ ਇਹਨਾਂ ਦੀਆਂ ਮਾਵਾਂ ਦੇ ਉੱਤੇ ਹੈ ਜਾਂ ਇਹਨਾਂ ਦੇ ਜਿਹੜੇ ਸੀਮਨ ਦੀਆਂ ਇਹ ਹੈ ਉਹਦੇ ਤੇ ਡਿਪੈਂਡ ਕਰਦਾ। ਸੋ ਦੰਦੋਂ ਤੇ ਥਣਾਂ ਵੱਲੋਂ ਵਪਾਰੀ ਵੀਰ ਕੋਈ ਵੀ ਜਿਹੜਾ ਉਹ ਆਪਦੇ ਵੱਲੋਂ ਜ਼ਰੂਰ ਸ਼ੋਰ ਕਰ ਸਕਦਾ ਹੁੰਦਾ ਵੀ ਵੱਛੀ ਉਹ ਕਿਵੇਂ। ਅਗਲੀ ਵੱਛੀ ਦੇ ਦੰਦ ਆਪਾਂ ਦੇਖਦੇ ਹਾਂ ਦੱਸੋ ਵੀਡੀਓ ਦੇ ਵਿੱਚ ਖੀਰੀ ਵੱਛੀ ਦੱਸੋ ਕਨਫਰਮ ਹੈ ਬਿਲਕੁਲ ਠੀਕ ਹੈ ਬਾਈ ਤੇ ਹਜੇ ਕੋਈ ਆਸ ਵੀ ਨਹੀਂ ਇਹਨਾਂ ਦੇ ਦੋਂਦੀ ਹੋਣ ਦੀ ਕਿਉਂਕਿ ਹਜੇ ਇਹ ਬਹੁਤ ਟਾਈਮ ਖੀਰੀਆਂ ਰਹਿ ਜਾਣਗੀਆਂ ਉਦੋਂ ਨੂੰ ਤੁਸੀਂ ਇਹਨਾਂ ਨੂੰ ਗੱਭਣ ਕਰਵਾ ਸਕਦੇ ਹੋ। ਥਣ ਚਾਰ ਹੀ ਦੱਸਦੇ ਦੱਸੋ ਜਿਹੜੀ ਵੱਛੀ ਦੋ ਨੰਬਰ ਤੇ ਵੀ ਤੋਰੀ ਹੈ ਬਾਕੀ ਦੰਦਾਂ ਦੀ ਤੇ ਥਣਾਂ ਦੀ ਫੋਟੋ ਉਹ ਆਪਸ਼ਨ ਤੁਹਾਡੇ ਕੋਲ ਹੈ ਤੁਸੀਂ ਮੰਗਾ ਸਕਦੇ ਹੋ। ਇਹ ਵੱਛੀ 2000 ਤੱਕ ਲਈ ਹੈ ਠੀਕ ਹੈ। ਸੋ ਇਹ ਦੱਸੋ ਦੋਨ ਦੇ ਦੰਦ ਵੱਛੀ ਨੇ ਚੱਕ ਲਏ ਆ ਬਾਕੀ ਆਪਾਂ ਦੰਦ ਵੀਡੀਓ 'ਚ ਦੇਖ ਲੈਣੇ ਆ। ਤੋ ਦੋਂਦੀ ਵੱਛੀ ਦੱਸੋ ਦੋ ਦੰਦ ਹੈ ਫਰਕ ਇਸ ਵੱਛੀ ਦੀ
ਫੋਟੋ ਤੋਂ ਤੁਹਾਨੂੰ ਜੱਜਮੈਂਟ ਹੋ ਜੂਗੀ। ਦੋ ਦੰਦ ਵੱਡੇ ਹੁੰਦੇ ਆ, ਬਾਕੀ ਦੰਦ ਖੀਰੇ ਜਿਹੜੇ ਦੁੱਧ ਦੰਦ ਛੋਟੇ ਹੁੰਦੇ। ਬਾਈ ਦਿਖਾ ਦੇਈਏ ਮਾੜੇ ਦੰਦ ਦੁਆਰਾ ਦਿਖਾਈਏ। ਹਾਂਜੀ, ਸੋ ਥੋੜਾ ਤੁਹਾਨੂੰ ਆਈਡੀਆ ਕਰਾਉਣੇ, ਦੱਸੋ ਦੋਨ ਦੀ ਵੱਛੀ ਕਿਵੇਂ ਹੁੰਦੀ ਹੈ। ਬਾਕੀ ਦੰਦ ਛੋਟੇ ਛੋਟੇ ਦਿਸਣਗੇ, ਕੰਨੀਆਂ ਖੜੀਆਂ ਸਾਈਡਾਂ ਦੇ ਉੱਤੇ ਦੇਖੋ ਦੰਦ ਪਤਲੀ ਹੈ। ਇਹ ਜਿਹੜਾ ਦੋਨ ਵਾਲਾ ਦੰਦ ਹੈ ਇਹ ਕਿੱਡਾ ਚੌੜਾ ਹੈ, ਉੱਤੋਂ ਤੇ ਥੱਲੋਂ ਮੁੱਢ ਦੇ ਵਿੱਚੋਂ ਤੇ ਜੜ ਚੋਂ ਚੌੜਾ ਬਿਲਕੁਲ। ਤੇ ਜਿਹੜਾ ਖੀਰੇ ਦੰਦ ਆ, ਜਿਹੜੇ ਛੋਟੇ ਦੰਦ ਜਿਹੜੇ ਹੁੰਦੇ ਦੱਸੋ ਕੰਨੀਆਂ ਦੇ ਉੱਤੇ ਖੜੇ ਸਾਈਡਾਂ ਦੇ ਉੱਤੇ ਖੜੇ, ਉਹ ਉਹਨਾਂ ਦੀ ਜੜ ਜਿਹੜੀ ਬਿਲਕੁਲ ਪਤਲੀ ਆ ਥੱਲੋਂ। ਸੋ ਵੀ ਸ਼ੇਪ ਤੇ ਯੂ ਸ਼ੇਪ ਨੂੰ ਧਿਆਨ ਚ ਰੱਖ ਸਕਦੇ ਹੋ ਤੁਸੀਂ। ਇਹ ਦੋ ਦੰਦ ਵੱਛੀ ਆ। ਦੱਸੋ ਅੱਗੇ ਇੱਕ ਤੁਹਾਨੂੰ ਲਾਲ ਰੰਗ ਦੀ ਵੱਛੀ ਦਿਖਾਉਣੀ ਆ, ਵਾਈਟ ਤੇ ਲਾਲ ਇਹਦੇ ਡੱਬਾ। ਮੈਨੂੰ ਇਹ ਲੱਗਦਾ ਵੀ ਸ਼ਾਇਦ ਜਾਂ ਤਾਂ ਹੀਟ ਚ ਹੁਣ ਹੈ ਤਾਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਤੇ ਜਾਂ ਇਹ ਨਰਮੋ ਬਈ ਹੀਟ ਕੱਢੀ ਲੱਗ ਜੀ ਇਹ ਆਈ ਤਾਂ ਨਹੀਂ ਕਰਵਾ ਰਹੇ? ਨਹੀਂ ਨਹੀਂ। ਠੀਕ ਹੈ, ਜਿਹੜਾ ਵੀਰ ਖਰੀਦੂਗਾ ਦੱਸੋ ਏ ਆਈ ਕਰਵਾ ਲਿਓ ਜੇ ਬਾਈ, ਏ ਆਈ ਨਹੀਂ ਕਰਵਾ ਰਿਹਾ ਇਸ ਸੀਟ ਦੇ ਉੱਤੇ। ਖੀਰੀ ਵੱਛੀ ਕਨਫਰਮ, ਥੱਲੋਂ ਜੜਾਂ ਜਿਹੜੀਆਂ ਦੰਦਾਂ ਦੀਆਂ ਦੇਖੋ, ਫੇਸ ਦੀ ਬਿਊਟੀ ਦੇਖ ਸਕਦੇ ਹੋ। ਦੱਸੋ ਇਹਨੂੰ ਨਸਲ ਤੁਸੀਂ ਸਮਝ ਲਓ ਜੇ ਤੁਹਾਡੇ ਤੇ ਛੱਡਤੀ, ਇਹਨੂੰ ਐਰਸ਼ਰ ਤੁਸੀਂ ਮੰਨਦੇ ਹੋ ਜਾਂ ਜਰਸੀ ਐਚ ਐਫ, ਜੋ ਵੀ ਤੁਹਾਨੂੰ ਸਹੀ ਲੱਗਦੀ ਹੈ, ਪਰ ਬਹੁਤ ਸੋਹਣੀ ਵੱਛੀ ਵੱਖਰੇ ਰੰਗ ਦੀ ਹੈ। ਹਾਈਟ ਫੋਲਰ ਦੱਸੋ, ਅਜੇ ਖੀਰੀ ਵੱਛੀ ਹੈ ਇਹ, ਤੇ ਇਹ ਹੀਟ ਚ ਆਈ ਹੋਈ ਹੈ, ਇਹਦੀ ਏ ਆਈ ਹੋ ਸਕਦੀ ਹੈ, ਪਰ ਤੁਸੀਂ ਆਪ ਸੇਵਾ ਕਰਕੇ ਉਦੋਂ ਬਾਅਦ ਚ ਇਹਦੀ ਏ ਆਈ ਜਿਹੜੀ ਉਹ ਕਰਵਾਇਓ। ਇੱਕ ਦੋ ਮਹੀਨੇ ਨੂੰ ਫੀਡ ਚੰਗੀ ਪਾ ਕੇ ਥੋੜਾ ਇਹਦਾ ਵੇਟ ਹੋਰ ਗੇਨ ਹੋਵੇ, ਤੇ ਫਿਰ ਇਹਨੂੰ ਇਹਦੀ ਤੁਸੀਂ ਏ ਆਈ ਕਰਾਇਓ। ਇੱਕ ਵੱਛੀ ਗੱਬਣ, ਨਰਮ ਬਈ ਕਿੰਨਵਾਂ ਸੂਆ ਇਹ ਤਾਂ, ਸੋਰੀ ਪਹਿਲਾਂ ਸੂਆ ਹੀ ਹੈ, ਕਿੰਨੇ ਦਿਨ ਲਊਗੀ ਬਾਈ ਸੂਨ ਚ? ਸੂਨ 10-12 ਲੈ ਜੂ ਵਿੱਚ। 10-12 ਦਿਨ ਲੈ ਜੂਗੀ? ਨਹੀਂ ਨਹੀਂ, ਬਹੁਤ ਹੋਣੇ ਨੇ। ਠੀਕ ਹੈ, ਅੱਛਾ ਇਹ ਦੰਦੋ ਕਿਵੇਂ? ਮੈਨੂੰ ਪੜ ਦੇਣਾ ਜੀ, ਦੰਦ ਖਾ ਲੈਣੇ। ਓਕੇ, ਸੋ ਦੱਸੋ ਦੰਦ ਵੀਡੀਓ ਚ ਦਿਖਾਉਣੇ ਆ, ਤੇ ਇਹ ਪਹਿਲਾਂ ਸੂਆ ਵੱਛੀ ਸੂ ਰਹੀ ਆ। ਹਵਾਨੇ ਦੀ ਬਣਾਵਟ ਦੇਖ ਲਓ ਜੇ ਵੱਛੀ ਦੀ, ਕਮਾਲਾਂ ਹੀ ਕਰੂਗੀ ਜਦੋਂ ਨੇੜ ਆ ਗਈ, ਹਜੇ ਦਿਨ ਲੈਂਦੀ ਆ ਸੂਨ ਦੇ ਵਿੱਚ। ਫੇਸ ਤੋਂ ਜੱਜਮੈਂਟ ਕਰੋ ਜਿੰਨਾ ਚਿਰ ਅਸੀਂ ਦੰਦ ਨਹੀਂ ਦਿਖਾਉਂਦੇ ਵੀ ਤੁਹਾਨੂੰ ਇਹ ਵੱਛੀ ਕਿੱਦਾਂ ਲੱਗਦੀ ਹੈ ਦੰਦਾਂ ਦੇ ਵਿੱਚ ਹੋਊਗੀ। ਬਾਕੀ ਆਪਾਂ ਵੀਡੀਓ ਦੇ ਵਿੱਚ ਇਹਦੇ ਦੰਦ ਜਿਹੜੇ ਉਹ ਕਨਫਰਮ ਕਰ ਲੈਣੇ, ਬਾਈ ਫੜੂਗਾ ਦੰਦ ਦੇ ਤੇ ਤੁਹਾਨੂੰ ਦਿਖਾ ਦਿਆ ਜੀ। ਸੋ ਦੱਸੋ ਕਨਫਰਮ ਖੀਰੀ ਵੱਛੀ ਹੈ, ਕਨਫਰਮ ਹੈ, ਲੈ ਚਲੋ। ਸੋ ਹੁਣ ਤੁਸੀਂ ਵੱਛੀ ਦਾ ਆਰਡਰ ਦੇਖ ਲਓ ਜੇ, ਇਹਦਾ ਬਾਡੀ ਵੇਟ ਦੇਖ ਲਓ, ਖੀਰੀ ਹੈ, ਇਹਨੇ ਹਜੇ ਵਧਣਾ ਫੁੱਲਣਾ ਹੈ। ਵੈਸੇ ਤਾਂ ਜਰਸੀ ਬਾਹਲੇ ਵੱਡੇ ਕੱਦ ਕਾਠ ਦੀ ਜਰਸੀ ਹੁੰਦੀ ਨਹੀਂ, ਐਚ ਐਫ ਦੇ ਨਾਲ ਕੰਪੇਅਰ ਕਰੀਏ ਤਾਂ ਜਰਸੀ ਛੋਟੀ ਬਰੀਡ ਹੈ, ਛੋਟੀ ਨਸਲ ਹੈ, ਪਰ ਇਹ ਹਜੇ ਖੀਰੀ ਹੈ ਤੇ ਇਹ ਹਜੇ ਗਰੋਥ ਕਰੂਗੀ। ਜਿੰਨਾ ਹੁਣ ਇਹਦਾ ਤੁਹਾਨੂੰ ਇਹਦੀ ਹਾਈਟ ਦਿਸਦੀ ਹੈ, ਇਹਦਾ ਵੇਟ ਦਿਸਦਾ, ਇਹਦੇ ਨਾਲੋਂ ਇਹਨੇ ਕਰਮ ਵਾਲੀ ਨੇ ਵਧਣਾ ਫੁੱਲਣਾ। ਬਹੁਤ ਸੋਹਣਾ ਹਵਾਨਾ ਦੱਸੋ ਵੱਛੀ ਦਾ, ਦੇਖੋ ਕੱਟ ਸਕਦੇ ਹੋ, ਫੇਸ ਵੀ ਬਹੁਤ ਸੋਹਣਾ ਤੇ ਠੰਡਾ ਸਹਿਜ ਵੀ ਹੱਥੀ ਚਵਾਈ ਵਾਲਾ ਰੱਖੂਗੀ, ਅਗਾੜੀ ਸੋਹਣੀ ਨਿਕਲੂਗੀ। ਕਿੰਨਾ ਦੁੱਧ ਚੋਲੋਂਗੇ ਉਹ ਤੁਹਾਡੀ ਸਮਝ ਆ, ਪਰ ਤਿਆਰੀ ਵੱਲੋਂ ਕੋਈ ਕਮੀ ਨਹੀਂ। ਮੈਨੂੰ ਬਈ 12 ਦਿਨ ਦੱਸਿਆ, ਕਿੰਨੇ ਦਿਨ ਦੱਸਿਆ? 10-12 ਪਏ ਆ। ਸੋ 10 ਤੋਂ 12 ਦਿਨ ਹਜੇ ਇਹ ਵੱਛੀ ਲੈਂਦੀ ਹੈ, ਰੇਟ ਫੋਨ ਤੇ ਹੈ, ਪਰ ਵੱਛੀ ਕਮਾਲ ਦੀ ਹੈ। ਸੋ ਖੀਰੀ ਵੱਛੀ ਸੂ ਰਹੀ ਹੈ, ਦੱਸੋ ਇਹ ਜਰਸੀ ਬਰੀਡ ਦੇ ਵਿੱਚ, ਇਹਦੇ ਤੋਂ ਤੁਸੀਂ ਘਰ 'ਚ ਜਰਸੀ ਤਿਆਰ ਕਰ ਸਕਦੇ ਹੋ। ਵਜਨ ਇਹਦਾ ਹੁਣ ਵੀ ਚੰਗਾ ਹੈ ਇਹ ਜੇ ਖੀਰੀ। ਇਹ ਨਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਆ, ਤੁਹਾਨੂੰ ਜਿਹੜੀ ਵੱਛੀ ਜੱਚਦੀ ਹੈ ਉਹ ਖਰੀਦ ਲਓ ਜੇ, ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ।